ਗੁਰੂ ਕੋਈ ਪਰਵਾਹ ਨਹੀਂ, ਇਸ ਲਈ ਨਹੀਂ ਜਾਣਾ। ਵਾਹਿਗੁਰੂ ਸਾਹਿਬ ਦੇ ਵੀ ਨਾ ਗਿਆ। ਗੱਲ ਕਿਵੇਂ ਜਿੱਥੇ ਪੁੱਜ ਰਿਹਾ ਸਾਂ, ਨਦਾਮਪੁਰ ਗੁਰਚਰਨ ਸਿੰਘ ਟੌੜਾ ਜੀ ਨੂੰ ਲੈ ਆਉਂਦਾ ਆਪਣੇ ਪ੍ਰਿੰਸੀਪਲ ਸੁਖਬੀਰ ਸਿੰਘ ਜੀ, ਉਹਨਾਂ ਦੇ ਬਹੁਤ ਨੇੜੇ ਸਨ, ਇਹ ਵੀ ਤੁਸੀਂ ਜਾਣਦੇ ਹੀ ਹੋਵੋਗੇ ਕਿਉਂਕਿ ਇੱਥੋਂ ਦੇ ਰਹਿਣ ਵਾਲੇ ਸਨ। ਮੈਨੂੰ ਪ੍ਰਿੰਸੀਪਲ ਸੁਖਬੀਰ ਸਿੰਘ ਜੀ ਕਹਿਣ ਲੱਗੇ, ਸਿੰਘ ਸਾਹਿਬ ਆਪਾਂ ਟੌੜਾ ਸਾਹਿਬ ਨੂੰ ਮਿਲਾਈਏ, ਹੁਣ ਤਾਂ ਨੇੜੇ ਆ ਗਏ ਨੇ ਜੇਲ੍ਹ 'ਚ। ਮੈਂ ਉਹਨਾਂ ਨੂੰ ਵੀ ਇਹੋ ਗੱਲ ਕਹੀ, ਮੈਂ ਕਿਹਾ ਸਿੱਧਾ ਪ੍ਰਿੰਸੀਪਲ ਸਾਹਿਬ, ਜੇ ਮੈਂ ਜੋਧਪੁਰ ਦੇ ਕੈਦੀਆਂ ਨੂੰ ਮਿਲਣ ਨਹੀਂ ਗਿਆ ਆਪ ਫਿਜ਼ੀਕਲੀ, ਅਤੇ ਜੇ ਮੈਂ ਫਿਜ਼ੀਕਲੀ ਬਾਦਲ ਨੂੰ ਮਿਲਣ ਨਹੀਂ ਗਿਆ ਅਤੇ ਫਿਜ਼ੀਕਲੀ ਮੈਂ ਮਿਲਣ ਜਾਵਾਂ ਜੇਲ੍ਹ ਵਿੱਚ ਟੌੜਾ ਸਾਹਿਬ ਨੂੰ, ਤਾਂ ਲੋਕ ਆਖਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਇਹ ਮੁਲਾਜ਼ਮ ਹੈ, ਹਾਲਾਂਕਿ ਮੈਂ ਮੁਲਾਜ਼ਮ ਨਹੀਂ ਰਿਹਾ, ਇਹ ਵੀ ਮੈਂ ਤੁਹਾਡੇ ਸਾਹਮਣੇ ਅਰਜ਼ ਕਰਦੇ ਹਾਂ। ਅੱਜ ਤੱਕ ਚੈਲੇਂਜ ਨਾਲ ਕਹਿਣਾ ਕਿ ਕੋਈ ਇੱਕ ਵੀ ਮੇਰੀ ਰਸੀਦ ਤਨਖਾਹ ਦੀ ਲਿਆ ਦਿਓ। ਮੈਂ ਪਹਿਲੇ ਦਿਨ ਇਹਨਾਂ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਨਹੀਂ ਹੋਣਾ, ਇੱਥੋਂ ਤਨਖਾਹ ਨਹੀਂ ਲੈਣੀ, ਨਹੀਂ ਤਾਂ ਮੈਂ ਸੱਚ ਦੀ ਗੱਲ ਕਰ ਨਹੀਂ ਸਕਾਂਗਾ। ਔਰ ਇਸੇ ਲਈ ਜਿੰਨੀ ਦੇਰ 3 ਸਾਲ ਸੇਵਾ ਕੀਤੀ ਹੈ, ਕੋਈ ਇੱਕ ਵੀ ਰਸੀਦ ਪੇਸ਼ ਕਰ ਦੇਵੇ, ਕੋਈ ਵਾਊਚਰ ਪੇਸ਼ ਕਰ ਦੇਵੇ ਮੇਰੀ ਤਨਖਾਹ ਦਾ, ਕਿਉਂਕਿ ਜਦੋਂ ਮਨੁੱਖ ਬੇਮੁਤਾਜ ਨਹੀਂ ਹੁੰਦਾ ਉਨੀ ਦੇਰ ਸੱਚ ਮੂੰਹ 'ਤੇ ਕਿਹਾ ਨਹੀਂ ਜਾ ਸਕਦਾ। ਮੈਂ ਆਖਿਆ ਜੀ ਮੈਂ ਟੌੜਾ ਸਾਹਿਬ ਨੂੰ ਵੀ ਮਿਲਣ ਨਹੀਂ ਜਾਣਾ, ਕਿਉਂਕਿ ਮੇਰੇ ਜਾਣ ਨਾਲ ਇਹ ਸਾਬਤ ਹੋਵੇਗਾ ਵੀ ਕਿਉਂਕਿ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਇਸ ਲਈ ਵੇਖੋ ਕਿਸੇ ਹੋਰ ਨੂੰ ਮਿਲਣ ਨਹੀਂ ਗਏ, ਉਹਨੂੰ ਮਿਲਣ ਗਏ ਨੇ। ਇਹ ਉਹਨਾਂ ਦੇ ਮਨ 'ਚ ਰੜਕੀ ਰਹੀ, ਇਹ ਗੱਲ ਉਹਨਾਂ ਕੋਲ ਪਹੁੰਚ ਗਈ। ਔਰ ਜੇਲ੍ਹ ਵਿੱਚ ਨਿਦਾਮਪੁਰ ਹੁੰਦਿਆਂ ਹੀ ਉਹਨਾਂ ਨੇ ਦੂਜੇ ਜਥੇਦਾਰ ਦਾ ਸਾਰਾ ਸੌਦਾ ਕਰਕੇ, ਇਹ ਗੱਲ ਲੰਬੀ ਹੈ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਉਹ ਵੀ ਅੱਜ ਬੈਠੇ ਨੇ, ਉਹਨਾਂ ਨਾਲ ਫੈਸਲਾ ਕਰ ਲਿਆ। ਜਦੋਂ ਉੱਥੋਂ ਰਿਹਾਅ ਹੋ ਕੇ ਆਏ, ਮਸਲਾ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦਾ ਆ ਗਿਆ। ਪਹਿਲਾ ਹੀ ਜਨਰਲ ਇਜਲਾਸ ਸੀ, ਉਹਦੇ ਵਿੱਚ ਦਾਸਾਂ ਨੇ ਵੀ ਹਾਜ਼ਰ ਹੋਣਾ ਸੀ, ਜਥੇਦਾਰਾਂ ਨੇ ਵੀ, ਸਾਰੇ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ, ਟੌੜਾ ਸਾਹਿਬ ਦਾ ਪ੍ਰਧਾਨ ਸਨ, ਉਹਨਾਂ ਨੇ ਆਉਣਾ ਹੀ ਆਉਣਾ ਸੀ। ਔਰ ਉਦੋਂ ਵੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੀ ਸਾਹਮਣੇ ਆਈ, ਕਿਉਂਕਿ 1 ਸਾਲ ਪਹਿਲਾਂ ਕੇਸਗੜ੍ਹ ਦੇ ਮੈਦਾਨ ਵਿੱਚ, ਜਦੋਂ ਕੇਸਗੜ੍ਹ ਸਾਹਿਬ ਦੇ ਤਖ਼ਤ ਸਾਹਿਬ 'ਤੇ ਜਦੋਂ ਇਹਨਾਂ ਦੀ ਇਸੇ ਤਰ੍ਹਾਂ ਜਨਰਲ ਇਜਲਾਸ ਦੀ ਮੀਟਿੰਗ ਹੋਈ, ਉੱਥੇ ਇਹਨਾਂ ਦੀਆਂ ਆਪਸ ਵਿੱਚ ਡਾਂਗਾਂ ਚੱਲੀਆਂ, ਪੱਗਾਂ ਲੱਥੀਆਂ, ਕੇਸ ਖੁੱਲ੍ਹ ਗਏ, ਇਹ ਸਾਰਾ ਕੁਝ ਪੇਪਰਾਂ ਵਿੱਚ ਹੈੱਡਲਾਈਨਾਂ ਬਣ ਕੇ ਆਇਆ ਅਤੇ ਤਸਵੀਰਾਂ ਛਪੀਆਂ। ਬੜੀ ਬੇਅਦਬੀ ਵਾਲੀ ਗੱਲ ਸੀ, ਸਾਡੇ ਵਾਸਤੇ ਸ਼ਰਮ ਦੀ ਗੱਲ ਸੀ ਕਿ ਸਾਡੀ ਮੁੱਖ, ਜਿਹਨੂੰ ਅਸੀਂ ਸਿੱਖ ਪਾਰਲੀਮੈਂਟ ਆਖਦੇ ਹਾਂ, ਮੁੱਖ ਜਮਾਤ ਹੋਵੇ ਔਰ ਉਹਨਾਂ ਦੀ ਮੀਟਿੰਗ ਦਾ ਆਹ ਹਾਲ ਹੋਇਆ ਹੋਵੇ। ਦੂਜੇ ਸਾਲ ਟੌੜਾ ਸਾਹਿਬ ਬਾਹਰ ਆ ਚੁੱਕੇ ਸਨ, ਉਹਨਾਂ ਦੀ ਮੌਜੂਦਗੀ ਵਿੱਚ ਮੀਟਿੰਗ ਹੋਣੀ ਸੀ, ਉੱਥੇ ਅਸੀਂ ਵੀ ਬੈਠੇ ਸਨ। ਅਜੇ 10-15 ਮਿੰਟ ਹੀ ਗੁਜ਼ਰੇ ਸਨ ਕਿ ਦੋਵਾਂ ਪਾਸਿਓਂ ਟਕਰਾਓ ਫਿਰ ਸ਼ੁਰੂ ਹੋ ਗਿਆ। ਟੌੜਾ ਸਾਹਿਬ ਦੇ ਨਹੀਂ ਸਨ ਰਹਿ ਬੋਲਣ ਵਾਸਤੇ ਟਾਈਮ, ਦੂਸਰਿਆਂ ਨੂੰ ਦੂਸਰੇ ਲੈਣਾ ਚਾਹੁੰਦੇ ਸਨ, ਸਪੀਕਰ ਇਹਨਾਂ ਕੋਲ ਸੀ, ਉਹਨਾਂ ਆ ਕੇ ਸਪੀਕਰ ਖੋਣ ਦੀ ਕੋਸ਼ਿਸ਼ ਕੀਤੀ, ਇੱਕ ਦੂਜੇ ਨਾਲ ਹੂਰੋ ਹੂਰੀ ਹੋ ਗਏ। ਅਜੇ ਤੱਕ ਉਹ ਸਿੰਘ ਬੈਠਾ ਹੈ ਜਿਹੜਾ ਉਸ ਵਕਤ ਦਰਬਾਰ ਸਾਹਿਬ ਦੇ ਅੰਦਰ ਹੈੱਡ ਗ੍ਰੰਥੀ ਸੀ, ਗਿਆਨੀ ਮੋਹਨ ਸਿੰਘ, ਹੁਣ ਵੀ ਕਈ ਵਾਰ ਅੰਮ੍ਰਿਤ ਵੇਲੇ ਉਹ ਦਰਬਾਰ ਸਾਹਿਬ ਬੈਠੇ ਹੁੰਦੇ ਨੇ। ਤਾਬਿਆ ਬੈਠੇ ਸਨ, ਮੈਂ ਨਾਲ ਬੈਠਾ ਸਨ, ਤਾਬਿਆ ਬੈਠੇ ਸਨ। ਮੈਂ ਉਹਨਾਂ ਨੂੰ ਇਸ਼ਾਰਾ ਕੀਤਾ, ਮੈਂ ਆਖਿਆ ਭਾਈ ਸਾਹਿਬ ਸੁਖਾਸਨ ਕਰੋ, ਇਹ ਤਾਂ ਗੁਰੂ ਕੀ ਬੇਅਦਬੀ ਹੋਏਗੀ। ਇਹਨਾਂ ਨੂੰ ਤਾਂ ਖਿਆਲ ਹੀ ਕੋਈ ਨਹੀਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਬੈਠੇ ਪ੍ਰਕਾਸ਼ ਸੀ। ਮੈਂ ਉਹਨਾਂ ਨੂੰ ਆਖਿਆ, ਮੈਂ ਆਖਿਆ ਸੁਖਾਸਨ ਕਰੋ। ਇੱਧਰ ਟੌੜਾ ਸਾਹਿਬ ਖੜ੍ਹੇ ਸਨ ਸਪੀਕਰ ਲੈ ਕੇ, ਮੈਨੂੰ ਕਹਿੰਦੇ ਭਾਈ ਸਾਹਿਬ ਸੁਖਾਸਨ ਨਾ ਕਰਿਓ। ਮੈਂ ਆਖਿਆ ਫਿਰ ਮੈਂ ਆਹ ਜੋ ਕੁਝ ਹੋ ਰਿਹਾ ਇਹ ਨਹੀਂ ਹੁਣ ਦੇਣਾ। ਆਖਿਰ ਤੁਹਾਨੂੰ ਪਤਾ ਨਹੀਂ ਜਿਹੜਾ ਇਜਲਾਸ ਦੀ ਮਰਿਆਦਾ ਦਾ, ਤੁਸੀਂ ਦਰਸ਼ਕ ਬਣ ਕੇ ਦੇਖੋ। ਮੈਂ ਆਖਿਆ ਟੌੜਾ ਸਾਹਿਬ ਮੈਨੂੰ ਇਜਲਾਸ ਦੀ ਮਰਿਆਦਾ ਜਾਣਨ ਦੀ ਲੋੜ ਵੀ ਨਹੀਂ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਹਾਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੀ ਮਰਿਆਦਾ ਜਾਣਨਾ, ਇਸ ਤੋਂ ਅੱਗੇ ਮੈਂ ਹੋਰ ਕੁਛ ਨਹੀਂ ਜਾਣਨਾ ਚਾਹੁੰਦਾ। ਤੁਸੀਂ ਇਜਲਾਸ ਜਿਵੇਂ ਮਰਜ਼ੀ ਕਰੋ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਹੀ ਰਹੇਗਾ ਜੇ ਅਦਬ ਕਾਇਮ ਰਹੇਗਾ। ਗਿਆਨੀ ਮੋਹਨ ਸਿੰਘ ਜੀ ਨੂੰ ਮੈਂ ਆਖਿਆ ਸੁਖਾਸਨ ਕਰੋ, ਉਹਨਾਂ ਨੇ ਸੁਖਾਸਨ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਉਹਨਾਂ ਨੂੰ ਵੀ ਰੋਕਿਆ ਔਰ ਉਹਨਾਂ ਨੇ ਬੜਾ ਖੁੱਲ੍ਹ ਕੇ ਜਵਾਬ ਦਿੱਤਾ, ਅਜੇ ਤੱਕ ਮੈਂ ਉਹਨਾਂ ਦੀ ਦਿਆਨਦਾਰੀ ਸਮਝਣਾ, ਉਹਨਾਂ ਖੁੱਲ੍ਹ ਕੇ ਜਵਾਬ ਦਿੱਤਾ, ਸਿੰਘ ਸਾਹਿਬ ਨੇ ਕਹਿ ਦਿੱਤਾ ਇਸ ਵਾਸਤੇ ਮੈਂ ਤਾਂ ਸੁਖਾਸਨ ਕਰਾਂਗਾ, ਸੁਖਾਸਨ ਕਰ ਦਿੱਤਾ। ਲਓ ਆਹ ਕਾਰਨ ਬਣਿਆ, ਉਹ ਸਮਾਪਤ ਹੋਇਆ, ਸਤਿਗੁਰੂ ਦਾ ਸੁਖਾਸਨ ਕਰਕੇ ਅਸੀਂ ਲੈ ਆਏ ਤਾਂ ਕਿ ਬੇਅਦਬੀ ਨਾ ਹੋਵੇ। ਮੈਨੂੰ ਪਤਾ ਸੀ ਇਹਨਾਂ ਪ੍ਰਧਾਨਾਂ ਅਤੇ ਇਹਨਾਂ ਮਿਹਰਬਾਨਾਂ ਸੰਸਾਰ ਦੇ ਤਖ਼ਤਾਂ ਸਿੰਘਾਸਨਾਂ 'ਤੇ ਬੈਠਣ ਵਾਲੇ ਲੋਕਾਂ ਨੇ ਹੁਣ ਤੱਕ ਜਥੇਦਾਰਾਂ ਨੂੰ ਕਿਵੇਂ ਰੱਖਿਆ।
ਇਹ ਗੱਲ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਣੀ ਕਿ ਸਾਡੇ ਸਾਹਮਣੇ ਕੋਈ ਇਹ ਗੱਲ ਕਰਨ ਦੀ ਜ਼ਰੂਰਤ ਕਰ ਜਾਏ। ਸਵੇਰੇ ਆਪਣੇ 10 ਮੈਂਬਰਾਂ ਨੂੰ ਸਾਈਨ ਕਰਾ ਕੇ ਮੈਨੂੰ ਆਖਣਗੇ ਅਸਤੀਫਾ ਦਿਓ ਤਾਂ ਕੀ ਸਵਾਦ ਆਇਆ, ਸਾਰੀ ਦੁਨੀਆ ਜਾਣਦੀ। ਔਰ ਇਹ ਸਾਰੀਆਂ ਗੱਲਾਂ ਬਕਾਇਦਾ ਪੇਪਰਾਂ ਵਿੱਚ ਛਪੀਆਂ ਉਹ ਅਜੇ ਤੱਕ ਮੌਜੂਦ ਨੇ। ਘਰ ਆ ਕੇ ਕਮਰੇ ਵਿੱਚ ਆ ਕੇ 15 ਮਿੰਟ ਦੇ ਅੰਦਰ ਮੈਂ ਆਪਣਾ ਰਿਜ਼ਾਈਨ ਲਿਖਿਆ, ਉਹ ਰਿਜ਼ਾਈਨ ਦੀ ਕਾਪੀ ਮੇਰੇ ਕੋਲ ਵੀ ਮੌਜੂਦ ਹੈ। ਅਤੇ ਮੈਂ ਅਰਜ਼ ਕੀਤੀ, ਮੈਂ ਆਖਿਆ ਜਿਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤੋਂ ਇਲਾਵਾ ਤੁਹਾਡੇ ਬਾਕੀ ਕਿਸੇ ਕਿਸਮ ਦੇ ਇਜਲਾਸਾਂ ਦੀ ਮਰਿਆਦਾ ਦਾ ਪਤਾ ਹੋਵੇ ਉਹਨੂੰ ਸੇਵਾਦਾਰ ਰੱਖ ਲਿਓ, ਮੈਂ ਤਾਂ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹਾਂ। 15 ਮਿੰਟ ਦੇ ਅੰਦਰ ਰਿਜ਼ਾਈਨ ਕੀਤਾ। ਔਰ ਉਦੋਂ ਵੀ ਅੱਜ ਦੀ ਤਰ੍ਹਾਂ ਜਿਵੇਂ ਅੱਜ ਤੁਸੀਂ ਨਾਲ ਖੜੇ ਹੋ ਸੱਚ ਦੇ, ਉਦੋਂ ਵੀ ਸੰਗਤ ਇਵੇਂ ਖੜੀ ਹੋਈ। ਉਹਦਾ ਨਤੀਜਾ ਇਹ ਨਿਕਲਿਆ ਕਿ 3 ਮਹੀਨੇ ਤੱਕ ਇਹ ਮੇਰਾ ਦਿੱਤਾ ਹੋਇਆ ਰਿਜ਼ਾਈਨ ਜਿਹੜਾ ਸੀ ਉਹਨੂੰ ਮਨਜ਼ੂਰ ਨਹੀਂ ਕਰ ਸਕੇ। 3 ਮਹੀਨੇ ਤੱਕ, ਮਾਰਚ ਦੀ 28 ਨੂੰ ਰਿਜ਼ਾਈਨ ਕੀਤਾ ਅਤੇ ਜੂਨ ਦੀ 12 ਨੂੰ ਇਹ ਰਿਜ਼ਾਈਨ ਪਾਸ ਕਰ ਰਹੇ ਨੇ। ਜਦੋਂ ਆਸ ਲਾ ਬੈਠੇ, ਵਾਰ ਵਾਰ ਸਾਰੇ ਆਉਂਦੇ ਰਹੇ, ਮੈਨੂੰ ਇੱਥੋਂ ਤੱਕ ਵਾਸਤੇ ਪਾਏ ਗਏ ਕਿ ਇਲੈਕਸ਼ਨ ਸਿਰ 'ਤੇ ਹੈ, ਤੁਸੀਂ 2 ਮਹੀਨੇ ਬਾਅਦ ਇਲੈਕਸ਼ਨ ਤੋਂ ਬਾਅਦ ਅਸਤੀਫਾ ਦੇ ਦਿਓ। ਮੈਂ ਅਰਜ਼ ਕੀਤੀ, ਮੈਂ ਕਿਹਾ ਬਾਦਲ ਸਾਹਿਬ, ਅੱਜ ਤਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਅਸਤੀਫਾ ਦਿੱਤਾ, ਕੱਲ੍ਹ ਨੂੰ ਕੀ ਆਖ ਕੇ ਅਸਤੀਫਾ ਦਿਆਂਗਾ। ਧਨਵੰਤ ਸਿੰਘ ਨੂੰ ਇਹਨਾਂ ਨੇ 74,000 ਬਕਾਇਦਾ ਲਿਖਿਆ ਹੋਇਆ, 74,000 ਰੁਪਇਆ ਲੈ ਕੇ ਕਲੀਨ ਚਿੱਟ ਦੇ ਦਿੱਤੀ। ਅਤੇ ਉਸੇ ਹੀ ਬੀਬੀ ਨੇ ਜਿਹਦੇ ਨਾਲ ਵਾਪਰੀ ਸੀ ਉਹ ਬਰਦਾਸ਼ਤ ਨਾ ਕਰ ਸਕੀ, ਅਦਾਲਤ ਵਿੱਚ ਗਈ। ਅਦਾਲਤ ਨੇ ਸਾਰੀ ਇਨਕੁਆਇਰੀ ਕੀਤੀ, ਉਹਨੂੰ 10 ਸਾਲ ਦੀ ਹੋਈ ਸਜ਼ਾ ਹੋਈ। ਫਿਰ ਸੱਚ ਦੀ ਅਦਾਲਤ ਕਿਹਨੂੰ ਆਖੋਗੇ? ਉਹ ਬੈਠਾ ਹੈ, ਮੌਜੂਦ ਬੈਠਾ ਹੈ। ਹੁਣ ਆ ਪਿਛਲੇ 2-3 ਮਹੀਨੇ ਪਹਿਲਾਂ, 10 ਸਾਲਾਂ ਬਾਅਦ ਹੁਣ ਜਾ ਕੇ ਰਿਹਾ ਹੋਇਆ ਹੈ। 10 ਸਾਲ ਦੀ ਸਜ਼ਾ ਭੁਗਤ ਕੇ ਆਵੇ, ਅਦਾਲਤ ਤਾਂ ਉਹਨੂੰ ਸਜ਼ਾ ਦੇਵੇ, ਹੁਣ ਕੀ ਨਹੀਂ ਵਾਪਰਿਆ? ਭਾਈ ਦਲਜੀਤ ਸਿੰਘ ਅਖਵਾਉਣ ਵਾਲਾ, ਸੰਤ ਦਲਜੀਤ ਸਿੰਘ ਅਖਵਾਉਣ ਵਾਲਾ, ਜਿਹਨੇ ਸਾਰੇ ਸਿੰਘ ਸਾਹਿਬਾਨ ਅਤੇ ਸਾਰੀਆਂ ਧਾਰਮਿਕ ਪਦਵੀਆਂ ਦੇ ਆਗੂਆਂ ਨੂੰ ਅਤੇ ਸਾਰੇ ਸਿਆਸੀ ਆਗੂਆਂ ਨੂੰ ਆਪਣਾ ਗੁਲਾਮ ਬਣਾ ਕੇ ਮਾਇਆ ਭੇਟ ਕਰ ਕਰਕੇ ਰੱਖਿਆ ਹੋਇਆ ਸੀ, ਅਮਰੀਕਾ ਦਾ ਆਪਣਾ, ਸ਼ਿਕਾਗੋ ਦਾ ਰਹਿਣ ਵਾਲਾ, ਕਿਹਨੂੰ ਨਹੀਂ ਪਤਾ? ਪੜਦੇ ਉਹ ਫਾਸ਼ ਹੋਏ ਜਿਸ ਦਿਨ ਬਕਾਇਦਾ ਮੋਟਲ ਵਿੱਚੋਂ ਫੜਿਆ ਗਿਆ। ਔਰ ਇੱਕ ਇੱਕ ਚੀਜ਼ ਅੱਜ ਵੀ ਇੰਟਰਨੈਟ 'ਤੇ ਪਈ ਹੋਈ ਹੈ। ਇੱਥੇ ਸਰਦਾਰ ਇੰਦਰਜੀਤ ਸਿੰਘ ਜੀ ਬੈਠੇ ਨੇ, ਉਹਨਾਂ ਨੂੰ ਪਤਾ, ਉਹਨੇ ਕੱਢ ਕੇ ਤੁਹਾਨੂੰ ਦਿਖਾ ਦੇਣਗੇ, ਦੇਖਣਾ ਚਾਹੁੰਦਾ। ਉੱਥੇ ਇੱਕ ਇੱਕ ਟਾਈਮ ਮਿੰਟ ਲਿਖਿਆ ਹੋਇਆ, ਪੁਲਿਸ ਦੀ ਕਾਰਵਾਈ ਸਾਰੀ, ਇਹ ਵੀ ਨਹੀਂ ਕਿ ਕਿਸੇ ਦੁਸ਼ਮਣ ਦੋਖੀ ਵਿਰੋਧੀ ਦੀ ਕਾਰਵਾਈ। ਪੁਲਿਸ ਵੱਲੋਂ ਜਿਹੜਾ ਰਿਕਾਰਡ ਮਿਲਿਆ, ਪੁਲਿਸ ਨੇ ਜਿਹੜਾ ਆਪਣਾ ਵਾਪਰਿਆ, ਉਹਦੀ ਸਾਰੀ ਰਿਪੋਰਟ ਇੰਟਰਨੈਟ 'ਤੇ ਪਾਈ ਹੈ। ਅਤੇ ਉਹਨੂੰ ਕਲੀਨ ਚਿੱਟ ਦੇ ਕੇ ਤੁਰਨ ਵਾਲੇ ਹੋਣ ਸਾਡੇ ਧਾਰਮਿਕ ਆਗੂ, ਅਤੇ ਮੇਰੇ ਕਲੀਨ ਚਿੱਟ ਨਹੀਂ, ਅੱਜ ਵੀ ਪਿਛਲੇ ਮਹੀਨੇ ਜਦੋਂ ਅਮਰੀਕਾ ਗਏ ਨੇ, ਠਹਿਰੇ ਉਹਦੇ ਕੋਲ ਨੇ ਜਾ ਕੇ। ਉਹ ਭਲੇ ਹੋ, ਤੁਸੀਂ ਆਪਣੇ ਧਾਰਮਿਕ ਪਦਵੀਆਂ ਇੱਕ ਪਾਸੇ ਤਾਂ ਇਹ ਆਖਦੇ ਹੋ ਅਸੀਂ ਅਕਾਲ ਤਖਤ ਦੇ ਹੁਕਮ ਥੱਲੇ ਹਾਂ ਜੀ, ਕਦੇ ਇਹ ਵੀ ਵੇਖਿਆ ਵੀ ਉਸ ਅਕਾਲ ਤਖਤ ਦੀ ਬੇਅਦਬੀ ਕਰਾਉਣ ਵਾਲਾ ਕੌਣ ਹੈ? ਮੇਰੀ ਆਵਾਜ਼ ਨੂੰ ਖਾਮੋਸ਼ ਕਰਨ ਦਾ ਇਸੇ ਲਈ ਉਪਰਾਲਾ ਹੋਇਆ ਤਾਂ ਕਿ ਇਹਦੀ ਆਵਾਜ਼ ਸਭ ਕੁਛ ਜਾਣਦੀ, ਹੰਢਾ ਚੁੱਕੀ ਹੈ, ਇਹਦੇ ਕੋਲ ਸਾਰੀ ਚੀਜ਼ ਦੇ ਸਬੂਤ ਮੌਜੂਦ ਨੇ, ਮਤ ਕੌਮ ਜਾਗ ਪਏ। ਉੱਪਰ ਭਰਿਓ, ਮੇਰੀ ਤਾਂ ਜ਼ਿੰਦਗੀ ਦਾ ਇਹੋ ਹਾਲ ਹੈ, ਬਲਕਿ ਮੈਂ ਤਾਂ ਸਮਝਦਾ ਮੇਰਾ ਗੁਰੂ ਧੰਨ ਹੈ ਜਿਹਨੇ ਬੁਢੇਪੇ ਵਿੱਚ ਮੈਨੂੰ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਦਰੀ ਹੋਕਾ ਦੇਣ ਦੀ ਸੇਵਾ ਦੇ ਦਿੱਤੀ ਹੈ। ਭਾਵੇਂ ਸਰੀਰ ਸਾਥ ਨਹੀਂ ਦਿੰਦਾ, ਅੱਜ ਚੌਕੜੀ ਮਾਰ ਕੇ ਬੈਠ ਨਹੀਂ ਸਕਦਾ, ਅੱਜ ਮੋਢੇ 'ਤੇ ਹੱਥ ਧਰ ਕੇ ਪੌੜੀ ਉਤਰਨਾ, ਅੱਗੇ ਤੁਰਨਾ, ਪਰ ਮੈਂ ਸਮਝਣਾ ਗੁਰੂ ਕਿਰਪਾ ਕਰੇ, ਰਹਿਮਤ ਕਰੇ, ਬਾਕੀ ਜਿੰਨੇ ਸਵਾਸ ਵੀ ਨੇ ਉਹ ਵੀ ਉਹਦੇ ਅਦਬ ਲਈ ਹੋਕਾ ਦਿੰਦੇ ਆ, ਬੀਤ ਜਾਣ। ਇਹ ਕਿਉਂਕਿ ਮੇਰੇ ਮਾਲਕ ਨੇ ਮੈਨੂੰ ਦੁਬਾਰਾ ਬੁਢੇਪੇ ਵਿੱਚ ਵਿਕਾਰ ਨੂੰ ਕਾਰੇ ਲਾਇਆ। ਮੈਂ ਤਾਂ ਇਸ ਸ਼ਬਦ ਦਾ ਇਹੋ ਹੀ ਆਪਣੇ ਆਪ 'ਤੇ ਸ਼ਬਦ ਦਾ ਅਰਥ ਘਟਾਇਆ ਕਿ ਮੈਂ ਹੋ ਢਾਡੀ ਵਿਕਾਰ ਕਾਰੇ ਲਾਇਆ, ਅਤੇ ਇਸ ਤਰ੍ਹਾਂ ਕਾਰੇ ਲਾਇਆ ਕਿ ਮੈਨੂੰ ਹੋਰ ਕਿਸੇ ਕੋਲੋਂ ਸਿਰ ਪਾਉ ਦੀ ਲੋੜ ਹੀ ਨਾ ਪ੍ਰਤੀਤ ਹੋਵੇ। ਫੈਸਲਾ ਗੁਰਬਾਣੀ ਦਾ, ਗੁਰੂ ਕਹਿੰਦੇ ਨੇ ਹੋ ਢਾਡੀ ਵਿਕਾਰ ਕਾਰੇ ਲਾਇਆ, ਹੋ ਢਾਡੀ ਵਿਕਾਰ ਕਾਰੇ ਲਾਇਆ।
ਸਾਤ ਕੈ ਵਾਰ ਤੁਰੋਂ ਫੁਰਮਾਇਆ ਢੱਡੀ ਢੱਡੀ ਸੱਚੇ ਮਹਿਲ ਖਸਮ ਬੁਲਾਇਆ ਢੱਡੀ ਢੱਡੀ ਸੱਚੇ ਮਹਿਲ ਖਸਮ ਬੁਲਾਇਆ ਢੱਡੀ ਢੱਡੀ ਢੱਡੀ